हाँ जी सत श्री अकाल जी सारिआं नूं तुहाडा साडे यूट्यूब चैनल ते स्वागत है जी। अज आपां पहुंचे होए जी पिंड हेडों बकरियां दे मेले ते जो कि हर साल दी अट्ठे नूं लगाया जांदा। मेले दी जेकर लोकेशन दी गल करिए भाई जी समराला तो जो चंडीगढ़ रोड मेन रोड जाता हाईवे जाता उस उपर ही जिहड़ा मेला लगाया जाता। तो भाई हुणी पहुंचे ने मेले ते आपां गलबात करवाने आ ਕਿੱਥੋਂ ਆਇਆ ਬਾਈ ਹੁਣੀ ਕਿੰਨੇ ਟਾਈਮ ਤੋਂ ਕੰਮ ਕਾਰ ਕਰਦੇ ਆ ਗੱਲਬਾਤ ਕਰਦੇ ਹਾਂ। ਡੇਢ ਲੱਖ ਦਾ ਦੇਣਾ ਬੱਕਰਾ। ਹਾਂਜੀ ਆਪਾਂ ਗੱਲਬਾਤ ਕਰਦੇ ਹਾਂ ਬਾਈ ਉਹਨਾਂ ਦੀ ਕਿੱਥੋਂ ਆਇਆ ਕਿੱਥੋਂ ਗੱਲ ਕਰਦੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਕਿਹੜਾ ਪਿੰਡ ਆ ਬਾਈ ਦਾ? ਬਾਈ ਦਾ ਪਿੰਡ ਆ ਬੜਾ ਬੁੱਗਾ। ਬੜਾ ਬੁੱਗਾ ਇਹ ਕਿਹੜੇ ਕਿੱਥੇ ਰਹਿੰਦਾ ਬਾਈ? ਹੈ ਕਿੱਥੇ ਰਹਿੰਦਾ? ਮਲੋਹ ਤੋਂ 10 ਕਿਲੋਮੀਟਰ ਅੱਗੇ ਆ। ਮਲੋਹ ਤੋਂ 10 ਕਿਲੋਮੀਟਰ ਅੱਗੇ। ਤੇ ਬਾਈ ਕਿੰਨੇ ਟਾਈਮ ਤੋਂ ਕੰਮ ਕਰਦੇ ਆਪਾਂ ਬੱਕਰੀਆਂ ਦਾ? ਸਾਨੂੰ ਤਾਂ ਚੌਥੀ ਪੀੜ੍ਹੀ ਹੋ ਗਈ। ਚੌਥੀ ਪੀੜ੍ਹੀ ਹੋ ਗਈ। ਹਾਂ ਠੀਕ ਹੈ। ਕਿੰਨੀਆਂ ਬੱਕਰੀਆਂ ਬਾਈ ਆਪਣੇ ਕੋਲ ਇਸ ਟਾਈਮ? ਬੱਕਰੀਆਂ ਸਾਡੇ ਕੋਲ 20 ਨੇ। 20 ਬੱਕਰੀਆਂ? ਹਾਂ ਠੀਕ ਹੈ ਬਾਈ। ਤੇ ਬਾਹਰ ਲੈ ਕੇ ਜਾਂਦੇ ਚਾਰਨ ਨੂੰ ਬਾਈ? ਹਾਂ ਹਾਂ ਠੀਕ ਹੈ ਠੀਕ ਹੈ ਬਾਈ। ਤੇ ਦੱਸੋ ਬਾਈ ਡਿਟੇਲ ਕਿੰਨੇ ਦਾ ਦੋਗੇ ਬੱਕਰਾ? ਪੂਰੇ ਆ। ਪੂਰੇ ਦੰਦ ਹੋ ਗਿਆ ਬੱਕਰਾ। ਹਾਂ ਇਧਰ ਨੂੰ ਕੱਢ ਲਾ ਬਾਈ। ਲੈ ਬਾਈ ਹੋਰ ਦਿਖਾ ਬੱਕਰੀ। ਲੈ ਆ ਰੋ ਬੱਕਰੀ ਕੱਢ ਕੇ। ਚਾਚੀ ਦੀਆਂ ਬੱਕਰੀਆਂ ਕੱਢ ਰੇ। ਠੀਕ ਹੈ ਜੀ। ਲਓ ਵੀ ਬਾਈ ਉਹਨਾਂ ਦੀ ਬੱਕਰੀ ਦੇਖੋ ਕਿੰਨੇ ਦੰਦ ਆ ਬਾਈ ਬੱਕਰੀ ਇਹ? ਪੂਰਿਆਂ 'ਚ ਇਹ ਵੀ? ਇਹ ਵੀ ਪੂਰਿਆਂ 'ਚ। ਕਿੰਨੀ ਵਾਰ ਸੂਈ ਹੈ ਬਾਈ? ਚੌਥੇ ਸੂਈ ਹੈ। ਚੌਥੇ ਹੋਣੀ ਜੀ ਇਹ। ਠੀਕ ਹੈ ਜੀ। ਕਿੰਨੇ ਬੱਚੇ ਦਿੱਤੇ ਭਰਾ ਨੇ? ਇਹ 3 ਦਿੱਤੇ ਨੇ ਜੀ ਇਹਨੇ। ਠੀਕ ਆ। ਕਿੰਨਾ ਦੁੱਧ ਦੇਈ ਜਾਂਦੀ ਹੈ ਬਾਈ? ਦੁੱਧ ਹੈਗਾ ਜੀ 3.5 ਕਿਲੋ। ਇਹ ਤਾਂ ਨਹੀਂ ਵੇਚਣੀ? ਨਹੀਂ ਜੀ। ਠੀਕ ਹੈ ਜੀ। ਲਓ ਵੀ ਬਾਈ ਉਹਨਾਂ ਦੇ ਜਾਨਵਰ ਦੇ 60000 ਰੁਪਏ ਮੰਗਦੇ ਦੀ ਇਹ ਲੱਗਿਆ 60000 ਰੁਪਏ ਇਹ ਤੇ ਜੀ। ਠੀਕ ਆ। ਲਓ ਵੀ ਵੀਰੋ 60000 ਰੁਪਏ ਲੱਗ ਚੁੱਕਿਆ। ਬਾਈ ਹੁਣੀ 70000 ਰੁਪਏ ਮੰਗਦੇ ਆ। ਤੇ ਕਿੰਨੇ ਤੱਕ ਦੇਣੀ ਆ ਬਾਈ ਲਾਸਟ? 70 ਰੁਪਏ ਦਵਾਂਗੇ ਜੀ। 70 ਦੀ ਦੇਣੀ ਆ ਬਾਈ। ਤੋਰ ਲਾ ਬਾਬਾ ਇਹਨੂੰ। ਤੋਰ ਲਾ ਬਾਈ। ਲਓ ਵੀ ਬਾਈ ਉਹਨਾਂ 70000 ਰੁਪਏ ਦੀ ਬੱਕਰੀ ਦੇਣੀ ਆ। ਚੈੱਕ ਕਰ ਸਕਦੇ ਹੋ ਤੁਸੀਂ ਕੁਆਲਿਟੀ। ਤੇ ਇਹਦੀ ਕੀ ਡਿਟੇਲ ਆ ਬਾਈ? ਇਹ ਕਿੰਨੇ ਦੰਦ ਆ? ਇਹ ਪੂਰੇ ਦੰਦੇ ਹੋਈ ਹੋਈ ਆ ਜੀ ਇਹ। ਇਹ ਵੀ ਪੂਰੇ ਦੰਦ ਆ। ਠੀਕ ਆ ਬਾਈ। ਹਾਈਟ ਲਗਭਗ 38-39 ਇੰਚ ਹੈਗੀ ਆ। ਤੇ ਬੱਚੇ ਹੈਗੇ ਬਈ ਮਗਰ ਸੂਈ ਆ? ਨਹੀਂ ਜੀ ਇਹਦੇ ਮਗਰ ਬੱਚਾ ਕੋਈ ਨਹੀਂ ਆ। ਠੀਕ ਆ। ਇਹ ਬਿਨਾ ਬੱਚਿਆਂ ਤੋਂ ਆਈ। ਦੁੱਧ ਕਿੰਨਾ ਦੇਈ ਜਾਂਦੀ ਬਾਈ? ਇਹ ਦੁੱਧ ਹੈਗਾ ਜੀ ਇਹਦੇ ਸਾਰੇ 2-2.5 ਕਿਲੋ ਪਲਿਆੜ ਆਈ ਇਹ। ਪਲਿਆੜ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ? ਇਹਨੂੰ ਹੋ ਗਿਆ ਜੀ ਸਾਲ ਸੂਈ ਨੂੰ। ਸਾਲ ਹੋ ਗਿਆ ਸੂਈ ਨੂੰ। ਠੀਕ ਆ। ਠੀਕ ਆ ਜੀ। ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਈ ਰੈਡਾ। ਕਿੰਨੇ ਦੇਣੀ ਆ ਬਾਈ ਇਹ? ਇਹ 30000 ਰੁਪਿਆ ਲੱਗਿਆ ਹੈ ਜੀ ਇਹ ਤੇ। 30000 ਰੁਪਏ ਲੱਗਿਆ। ਦੇਣੀ ਕਿੰਨੇ ਦੀ ਆ? ਇਹ 40 ਮੰਗਦੇ ਆ ਜੀ ਇਹਦਾ। 40000 ਰੁਪਏ ਮੰਗਦੇ ਆ ਬਾਈ ਹੁਣੇ। ਲਓ ਜੀ ਹੋਰ ਦਿਖਾ ਬਾਈ ਜਾਨਵਰ। ਹੋਰ ਲਓ ਵੀ ਵੀਰ ਉਹਨਾਂ ਦਾ ਜਾਨਵਰ ਹੋਰ ਦਿਖਾਉਂਦੇ ਆ ਤੁਹਾਨੂੰ। ਇਹ ਕਿੰਨੇ ਦੰਦ ਆ ਬਾਈ? ਇਹ ਵੀ ਪੂਰੇ ਦੰਦ ਆ। ਇਹ ਵੀ ਪੂਰੇ ਦੰਦ ਆ। ਇਹ ਸੂਈ ਆ? ਹਾਂ ਇਹ ਸੂਈ ਆ। ਦੋ ਬੱਚੇ ਨੇ ਜੀ ਇਹਦੇ ਮਗਰ। ਦੋ ਬੱਚੇ? ਬੱਚੇ ਕਿਹੋ ਜਿਹੇ ਬਾਈ? ਬੱਚੇ ਵੀ ਇਹਦੇ ਵਰਗੇ ਕਾਲੇ ਹੀ ਨੇ ਜੀ। ਕਾਲੇ ਬੱਚੇ ਆ। ਕਿਹੜੇ? ਇਹੀ ਬੱਕਰੇ ਦੇ ਬੱਚੇ? ਇਹੀ ਬੱਕਰੇ ਦਾ ਬਰੋਸ ਸੂਈ ਆ। ਠੀਕ ਆ ਬਾਈ। ਇਹ ਵੀ ਵੇਚਣੀ ਆ? ਹਾਂ ਜੀ ਇਹ ਵੀ ਵੇਚਣੀ। ਇਹਦੇ ਕਿੰਨੇ ਰੁਪਏ ਬਾਈ? ਇਹਦਾ ਰੁਪਿਆ 50000 ਆ ਜੀ। 50000 ਰੁਪਿਆ। ਠੀਕ ਆ ਜੀ। ਲਓ ਵੀ ਬਾਈ ਉਹਨਾਂ ਦੇ ਜਾਨਵਰ ਸੇਲ ਵੀ ਆ। ਤੁਸੀਂ ਫੋਨ ਕਰਕੇ ਜਾਨਵਰ ਸੇਲ ਪਰਚੇਜ਼ ਕਰ ਸਕਦੇ ਹੋ। ਠੀਕ ਆ ਜੀ। ਤੇ ਬਾਈ ਨੰਬਰ ਬੋਲਦੇ ਆ ਆਪਣਾ ਯਾਰ। ਅਨੋਨੀ ਬੋਲੀ ਓਏ। ਨੰਬਰ ਬੋਲ। ਲਓ ਵੀ ਵੀਰੋ। ਅੱਜ ਦਾ ਉਹਨਾਂ ਦਾ ਨੰਬਰ ਆ 270। ਬੋਲਦੀ ਬਾਈ ਬੋਲਦੀ। 7273-6142। ਠੀਕ ਆ ਬਾਈ। ਲਓ ਵੀ ਬਾਈ ਉਹਨਾਂ ਦਾ ਪਿੰਡ ਮਲੋਹ ਕੋਲੇ ਆ। ਬੁੱਗਾ ਪਿੰਡ। ਕਿਹੜਾ ਬੜੀ ਬੁੱਗਾ ਬਾਈ? ਹਾਂ ਸਾਡਾ ਬੁੱਗਾ। ਹਾਂ ਜੀ ਹਾਂ। ਬੁੱਗਾ ਕਲਾਂ ਪਿੰਡ ਆ ਬਾਈ ਉਹਨਾਂ ਦਾ। ਕਨੈਕਟ ਕਰਕੇ ਤੁਸੀਂ ਬੱਕਰੀਆਂ ਖਰੀਦ ਸਕਦੇ ਹੋ। ਬੱਕਰੀਆਂ ਬਿਸ਼ਨਪੁਰੇ ਦੀਆਂ ਨੇ ਜੀ ਉਹ ਪੈਲ ਕੋਲੇ। ਠੀਕ ਆ ਜੀ। ਹਾਂ ਵਧੀਆ ਬੁੱਗੇ ਦੀਆਂ ਨੇ ਜੀ। ਠੀਕ ਆ। ਤੁਹਾਡਾ ਪਿੰਡ ਬਿਸ਼ਨਪੁਰਾ? ਹਾਂ ਜੀ ਸਾਡਾ ਪਿੰਡ ਬਿਸ਼ਨਪੁਰਾ। ਸਾਡਾ ਬੋਗ ਵੀ ਬਿਸ਼ਨਪੁਰੇ ਦਾ ਆ। ਠੀਕ ਆ ਜੀ। ਤੇ ਆ ਬੱਕਰੀ ਬਿਸ਼ਨਪੁਰੇ ਦੀ ਆ, ਆ ਬੱਕਰੀ ਬਿਸ਼ਨਪੁਰੇ ਦੀ। 60000 ਰੁਪਏ ਲੱਗਿਆ। ਤੁਸੀਂ ਬਾਈ ਫੋਨ ਕਰਕੇ ਬੱਕਰੀਆਂ ਖਰੀਦ ਸਕਦੇ ਹੋ। ਧੰਨਵਾਦ ਜੀ। ਲਓ ਵੀ ਵੀਰ ਇੱਕ ਹੋਰ ਬੱਕਰੀਆਂ ਲੈ ਕੇ ਆਏ ਨੇ ਮੇਲੇ ਦੇ ਵਿੱਚ। ਆਪਾਂ ਗੱਲਬਾਤ ਕਰਦੇ ਹਾਂ ਵੀਰ ਉਹਨਾਂ ਨਾਲ ਕਿੱਥੋਂ ਆਇਆ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਆ ਬਾਈ ਦਾ? ਬਾਈ ਪਿੰਡ ਕੰਦਰਾਲੀ ਰਾਜਪੂਤ। ਕਿਹੜਾ ਵੀਰੇ? ਕੰਦਰਾਲੀ ਰਾਜਪੂਤ। ਇਹ ਕਿੱਥੇ ਰਹਿੰਦਾ ਜੀ? ਇਹ ਆ ਖੰਨਾ ਕੋਲ, ਪੈਲ ਕੋਲ। ਪੈਲ ਕੋਲ ਰਹਿੰਦਾ ਬਾਈ ਹੁਣੀ। ਪੈਲ ਤੋਂ ਆਏ ਨੇ। ਤੇ ਬਾਈ ਕਿੰਨੇ ਟਾਈਮ ਤੋਂ ਕੰਮ ਕਰਦੇ ਆਪਾਂ ਬੱਕਰੀਆਂ ਦਾ? ਅਸੀਂ ਹੋ ਗਏ ਵੀਰੇ 15-20 ਸਾਲ ਸਾਨੂੰ। 15-20 ਸਾਲ ਹੋ ਗਏ। ਕਿੰਨੀਆਂ ਬੱਕਰੀਆਂ ਦੇ ਕੰਮ ਕਰਦੇ ਆ ਬਾਈ? ਸਾਡੇ ਕੋਲ ਹੈਗੇ ਵੀਰੇ 30-35 ਨਗ ਨੇ। 30-35 ਨਗ ਹੈਗੇ ਆ। ਠੀਕ ਆ ਬਾਈ ਜੀ। ਤੇ ਬਾਈ ਦਿਖਾਓ ਜਾਨਵਰ ਆਪਣੇ। ਇਕੱਲਾ ਇਕੱਲਾ ਕਰਕੇ ਦਿਖਾ ਦੇ ਮੇਰਾ ਬਾਈ। ਬੜੀ ਵਾਲੀ ਗੱਲ ਹੈ। ਕਿੱਧਰ ਗਏ? ਲਓ ਵੀ ਵੀਰ ਉਹਨਾਂ ਦੇ ਜਿਹੜੇ ਜਾਨਵਰ ਆ ਤੁਹਾਨੂੰ ਦਿਖਾ ਰਹੇ ਹਾਂ। ਤੇ ਪਿੰਡ ਹੇਡੋਂ ਮੇਲਾ ਜੀ। ਇਹ ਕਿੰਨੇ ਦੰਦ ਬੱਕਰੀ ਆ ਬਾਈ? ਪੂਰੇ ਦੰਦੀ ਆ ਜੀ। ਪੂਰੇ ਦੰਦੀ ਆ। ਤੇ ਕੀ ਦੁੱਧ ਦੁੱਧ ਕਿੰਨਾ ਬਾਈ ਇਹਦੇ? ਇੱਕ ਇੱਕ ਕਰਕੇ ਦਿਖਾ ਦੇ ਬਾਈ ਬਸ ਕੋਈ ਚੱਕਰ। ਠੀਕ ਹੈ ਜੀ। ਆਹ ਕਿੰਨੇ ਦੰਦ ਆ ਬਾਈ? ਫੜ ਲਾ ਫੜ ਲਾ ਤੂੰ ਇਹਨਾਂ ਨੂੰ ਪਿੱਛੇ ਮੋੜ ਦੇ। ਇੱਕ ਕੱਢ ਲਿਆ ਕਰ। ਇਹ ਵੀ ਪੂਰੇ ਦੰਦ ਆ ਬਾਈ? ਹਾਂ ਜੀ ਹਾਂ। ਠੀਕ ਹੈ। ਇਹ ਸੂਈ ਹੋਣ ਪ੍ਰਧਾਨ? ਗੱਬਣ ਆ ਵੀਰੇ। ਗੱਬ ਕਿੰਨੇ ਟਾਈਮ ਦੀ? ਇਹ ਮਹੀਨਾ ਕਰ ਰਹਿੰਦਾ ਜੀ। ਮਹੀਨਾ ਕਰ ਰਹਿੰਦਾ ਸੂਨ। ਠੀਕ ਹੈ ਜੀ। ਲਓ ਵੀ ਵੀਰੋ ਦੇਖ ਸਕਦੇ ਹੋ ਤੁਸੀਂ 4 ਮਹੀਨੇ ਲਗਭਗ ਗੱਬਣਾ ਬਈ ਸੇਲ ਆ।
सेल नहीं हैगी ठीक है ਤੁਸੀਂ ਚੈੱਕ ਕਰ ਸਕਦੇ ਹੋ ਬਾਈ ਕੁਆਲਿਟੀ ਲੈ ਬਾਈ ਫਿਰਦੇ ਨੇ ਬੰਦੇ 40000 ਰੁਪਏ 45 ਕਹਿ ਕੇ ਦੇ ਦਿੰਦੇ ਨੇ 45000 ਰੁਪਏ ਲੱਗ ਗਿਆ ਬਾਈ ਦੀ ਬੱਕਰੀ ਤੇ ਬਾਈ ਉਹਨਾਂ ਨੇ ਸੇਲ ਨਹੀਂ ਕੀਤੀ ਲੈ ਬਾਈ ਹੋਰ ਦਿਖਾ ਜਾ ਨੰਬਰ ਆ ਲਓ ਜੀ ਫੜ ਵੀਰੇ ਲਓ ਜੀ ਡੱਬੇ ਕਲਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਇਸ ਸਮੇਂ ਇਹ ਤੇ ਵੀ ਲੱਗ ਬਾਈ ਇਹ ਕਿੰਨੇ ਦੰਦ ਆ ਇਹ ਵੀ ਪੂਰੀ ਜੀ ਵੀਰੇ ਇਹ ਵੀ ਪੂਰੇ ਦੰਦ ਆ ਹਾਂ ਜੀ ਹੁਣ ਸੂਈ ਆ ਹਾਂ ਜੀ ਬੱਚੇ ਦੋ ਜੀ ਦੋ ਬੱਚੇ ਨੇ ਬੱਚੇ ਡੱਬੇ ਹੀ ਆ ਬਾਈ ਹਾਂ ਜੀ ਡੱਬੇ ਡੱਬੇ ਜੀ ਡੱਬੇ ਹੀ ਬੱਚੇ ਆ ਤੁਸੀਂ ਦੇਖ ਸਕਦੇ ਹੋ ਹਾਈਟ ਲਗਭਗ 38-39 ਇੰਚ ਹੈਗੀ ਆ ਤੇ ਇਹ ਦੁੱਧ ਕਿੰਨਾ ਦੇਈ ਜਾਂਦੀ ਹੈ ਬਾਈ ਇਹ ਦੇਈ ਜਾਂਦੇ 4 ਕਿਲੋ ਦੁੱਧ ਦਿੰਦੀ ਹੈ 4 ਲੀਟਰ ਦੁੱਧ ਦੇਈ ਜਾਂਦੀ ਹੈ ਠੀਕ ਹੈ ਇਹ ਤਾਂ ਨਹੀਂ ਸੇਲ ਕਰਨੀ ਬਾਈ ਨਾ ਜੀ ਨਾ ਨਾ ਜੀ ਨਾ ਠੀਕ ਹੈ ਜਰਕ ਦੇ ਮੇਲੇ ਤੇ ਮੰਗਦੇ ਸੀਗੇ ਜੀ ਬੰਦੇ ਠੀਕ ਹੈ ਜੀ 40000 ਰੁਪਏ ਲੱਗ ਗਿਆ ਸੀਗਾ ਜਰਕ ਦੇ ਮੇਲੇ ਤੇ 40000 ਲੱਗ ਗਏ ਠੀਕ ਹੈ ਬਾਈ ਬਾਈ ਉਹਨਾਂ ਦੇ ਜਾਨਵਰਾਂ ਦੇ ਪੈਸੇ ਲੱਗ ਚੁੱਕੇ ਪਰ ਬਾਈ ਉਹਨੇ ਸ਼ੌਂਕ ਦੇ ਨਾਲ ਰੱਖਿਆ ਸੇਲ ਨਹੀਂ ਕਰਦੇ ਲਿਆ ਬਾਈ ਹੋਰ ਦਿਖਾ ਦੇ ਜਾਨਵਰ ਆ ਡੱਬੀ ਫੜ ਲੈ ਆ ਡੱਬੀ ਆ ਫੜ ਆ ਲੈ ਆ ਆ ਫੜ ਫੜ ਇੱਧਰ ਲੋ ਵੀ ਵੀਰੇ ਦੇਖ ਸਕਦੇ ਹੋ ਤੁਸੀਂ ਇਹ ਕਿੰਨੇ ਦਾ ਆਂਦਾ ਭਰਾ ਇਹ ਵੀ ਪੂਰੇ ਜੀ ਇਹ ਵੀ ਪੂਰੇ ਦੰਦੀ ਆ ਗੱਬਣਾ ਹੈ ਹਾਂ ਜੀ ਹਾਂ ਜੀ ਗੱਬਣਾ ਹੈ ਜੀ 4 ਮਹੀਨੇ ਦੀ 4 ਮਹੀਨੇ ਦੀ ਗੱਬਣਾ ਹੈ ਲਗਭਗ ਇਹ ਵੀ ਬਈ ਮਹੀਨੇ ਦੀ ਕਰੀਬ ਸੂਣ ਵਾਲੀ ਆ ਤੇ ਤੋਰੀ ਬਈ ਇਹਨੂੰ ਮੜਾ ਇਹਨੂੰ ਲੋ ਵੀ ਭਰਾ ਤੁਸੀਂ ਦੇਖ ਸਕਦੇ ਹੋ ਜਾਨਵਰ ਬਈ ਵੈਸੇ ਕਿੰਨੀ ਵਾਰ ਬੱਚੇ ਦਿੱਤੇ ਪਹਿਲਾਂ ਬਈ ਇਹਨੇ ਹਾਂ ਜੀ ਕਿੰਨੀ ਵਾਰ ਬੱਚੇ ਦਿੱਤੇ ਨੇ ਪਹਿਲਾਂ ਤੀਜੇ ਵੀ ਹੁਣ ਤੀਜੇ ਤੁਸੀਂ ਸੁਣਾ ਠੀਕ ਆ ਬਈ ਠੀਕ ਹੈ ਭਰਾ ਲਿਆ ਹੋਰ ਜਾਨਵਰ ਆ ਲਿਆ ਕਾਲੀ ਹਾਂ ਕਾਲੀ ਫੜ ਲੋ ਉਹ ਵੀਰਾਂ ਦੇ ਜਾਨਵਰ ਜਿਹੜੇ ਹੋਰ ਤੁਹਾਨੂੰ ਦਿਖਾ ਰਹੇ ਆ ਇਹ ਸੂਈ ਹੋਈ ਹੈ 10 ਦਿਨ 10 ਦਿਨ ਹੋ ਗਏ ਇਹ ਕਿੰਨੇ ਦਾ ਆਂਦਾ ਬਾਈ ਇਹ ਵੀ ਪੂਰੇ ਹੀ ਹੈ ਤੀਜੇ ਸੂਏ ਸੂਈ ਪੂਰੇ ਦਾ ਆਂਦਾ ਜੀ ਤੀਜੇ ਸੂਏ ਸੂਈ ਆ ਜੀ ਹੁਣ ਸੂਈ ਹੈ ਤੀਜੇ ਕਿੰਨੇ ਬੱਚੇ ਦਿੱਤੇ ਬਾਈ ਦੋ ਬੱਚੇ ਦੋ ਵੀਰੇ ਪੱਟ ਤੇ ਬੱਕਰਾ ਦਿੱਤੇ ਇਹਨੇ ਠੀਕ ਹੈ ਜੀ ਦੁੱਧ ਕਿੰਨਾ ਦੇਈ ਜਾਂਦੀ ਹੈ ਬਾਈ ਦੁੱਧ ਦੇਈ ਜਾਂਦੀ 4 ਲੀਟਰ ਦੁੱਧ ਆ ਜੀ 4 ਲੀਟਰ ਦੁੱਧ ਦੇਈ ਜਾਂਦੀ ਹੈ ਠੀਕ ਹੈ ਇਹ ਤਾਂ ਨਹੀਂ ਸੇਲ ਬਾਈ ਨਾ ਨਾ ਵੀਰੇ ਸੇਲ ਨਹੀਂ ਸੇਲ ਕੋਈ ਨਹੀਂ ਹੈਗੀ ਬਾਈ ਵੇਚਦੇ ਕੋਈ ਨਹੀਂ ਠੀਕ ਹੈ ਠੀਕ ਹੈ ਮੱਥਾ ਟਿਕਾਉਣ ਲਈ ਤੇ ਬਾਈ ਘਰੇ ਰੱਖਦੇ ਵੀਰ ਕੇ ਬਾਹਰ ਲੈ ਕੇ ਆਉਣੇ ਬਾਹਰ ਬਾਹਰ ਵੀਰੇ ਬਾਹਰ ਲੈ ਕੇ ਜਾਣੇ ਬਾਹਰ ਕਮਾਉਣੇ ਆ ਜੀ ਠੀਕ ਹੈ ਠੀਕ ਹੈ ਅਗਲੇ ਘਰੇ ਵੀ 15 ਫੜ ਆ ਆ ਫੜ ਲਿਆ ਆ ਇਹਦਾ ਕਰ ਲਈ ਵੀਰੇ ਆ ਫੜ ਕੇ ਲਿਆ ਹਾਂ ਲਓ ਵੀ ਜਾਨਵਰ ਹੋਰ ਦਿਖਾਉਣੇ ਆ ਬਾਈ ਉਹਨਾਂ ਦੇ ਫੜ ਲਿਆ ਚੌਂਕੀ ਭਰਾਉਣੇ ਸਮੇਂ ਮੇਲੇ ਦੇ ਵਿੱਚ ਲੈ ਕੇ ਆਏ ਨੇ ਸੇਲ ਲਈ ਕੋਈ ਨਹੀਂ ਲਓ ਵੀ ਲਾਲ ਡੱਬੀ ਬੱਕਰੀ ਹੋਰ ਦਿਖਾਉਣਾ ਤੁਹਾਨੂੰ ਇਹ ਕਿੰਨੇ ਦੰਦ ਆ ਬਾਈ ਇਹ ਵੀ ਪੂਰੀ ਹੈ ਪੂਰੇ ਦੰਦ ਆ ਵੀ 30 ਇੰਚ ਹੈ ਡੋਏ ਹਾਂ 38 ਇੰਚ ਹੈਗੀ ਆ ਬਾਈ ਇਹ ਸੂਈ ਵੀ ਆ ਭਰਾ ਹੁਣ ਇਹ ਵੀ ਸੂਈ ਹੋਈ ਆ ਵੀਰੇ ਠੀਕ ਆ ਕਿੰਨੇ ਬੱਚੇ ਬਾਈ ਇਹਦੇ ਦੋ ਬੱਚੇ ਇਹਦੇ ਬੱਚੇ ਦੋ ਨੇ ਜੀ ਦੋ ਬੱਚੇ ਆ ਠੀਕ ਆ ਜੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਈ ਲੈ ਕਰ ਤੋੜ ਲਈ ਬਾਈ ਤੋੜ ਲਓ ਜੀ ਲਓ ਵੀ ਜਾਨਵਰ ਬਾਈ ਤੇ ਦੇਖ ਸਕਦੇ ਹੋ ਤੁਸੀਂ ਠੀਕ ਆ ਬਾਈ ਬਾਈ ਆਪਣੇ ਲਈ ਜਾਨਵਰ ਸੇਲ ਲਈ ਵੀ ਹੁੰਦੇ ਆ ਨਹੀਂ ਹੋ ਜਾਂਦੇ ਆ ਫਿਰ ਠੀਕ ਹੈ ਜੀ ਵੇਚਦੇ ਘੱਟੇ ਆ ਵੀਰੇ ਠੀਕ ਹੈ ਨੰਬਰ ਬੋਲ ਦੀ ਬਈ ਆਉਦਾ ਨੰਬਰ ਵੀਰੇ 98720 ਸ਼ੌਕ ਤੌਰ ਤੇ ਰੱਖੇ ਹੋਏ ਨੇ ਜੀ 48074 ਇੱਕ ਵਾਰ ਹੋਰ ਬੋਲ ਦੀ 98720 ਠੀਕ ਹੈ ਜੀ 48074 ਠੀਕ ਹੈ ਬਾਈ ਧੰਨਵਾਦ ਧੰਨਵਾਦ ਲਓ ਵੀ ਬਾਈ ਹੁਣੀ ਹੈਡੋ ਮੇਲੇ ਦੇ ਵਿੱਚ ਹੋਰ ਬੱਕਰੀਆਂ ਲੈ ਕੇ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਬਾਈ ਉਹਨਾਂ ਨਾਲ ਕਿਤੋਂ ਕੀ ਹਾਲ ਆ ਬਾਈ ਜੀ ਠੀਕ ਆ ਜੀ ਕਿਹੜਾ ਪਿੰਡ ਆ ਬਾਈ ਦਾ ਕੇਲੋਂ ਮਲੇਰਕੋਟਲੇ ਕੋਲੇ ਕੇਲੋਂ ਮਲੇਰਕੋਟਲੇ ਤੋਂ ਪਿੰਡ ਤੋਂ ਆ ਠੀਕ ਆ ਜੀ ਤੇ ਬਾਈ ਕਿੰਨੇ ਜਾਨਵਰ ਦੇ ਕੰਮ ਕਰਦੇ ਆ ਆਪਾਂ ਜਾਨਵਰ ਨਾਲ ਜੀ 50 ਦਾ ਕਰ ਲੈਨੇ ਆ 50 ਜਾਨਵਰ ਦੇ ਕੰਮ ਕਿੰਨੇ ਟਾਈਮ ਤੋਂ ਕੰਮ ਆ ਬਾਈ ਆਪਣਾ ਪਹਿਲਾਂ ਤੋਂ ਹੀ ਆ ਮੋਟਰ ਤੇ ਸ਼ੁਰੂ ਤੋਂ ਹੀ ਆ ਲੈ ਬਾਈ ਦਿਖਾ ਜਾਨਵਰ ਆਪਣੇ ਤੇ ਕਿੰਨੇ ਦੰਦ ਹੋ ਗਿਆ ਬਾਈ ਬੱਕਰਾ ਇਹ ਹੋ ਗਿਆ ਜੀ 6 6 ਦੰਦ ਆ ਜੀ ਤੇ ਹਾਈਟ ਕਿੰਨੀ ਹੋਊਗੀ ਬਾਈ ਹਾਈਟ ਉਹ 42-40 ਹੈ ਨਹੀਂ ਵੱਧ ਹੋਊਗੀ ਬਾਈ 40 ਤੋਂ ਉੱਪਰ ਆ ਬਾਈ 40 ਲਾ ਲਾ 42-43 ਇੰਚ ਹਾਈਟ ਹੈਗੀ ਆ ਬਾਈ ਲੈ ਤੋੜ ਲਈ ਬਾਈ ਇਧਰ ਨੂੰ ਲੰਬਾ ਲੈ ਜਾ ਤੋੜ ਬਾਈ ਪਰੇ ਦੂਰ ਰੱਖ ਕੇ ਲਓ ਵੀ ਬਾਈ ਉਹਨਾਂ ਦਾ ਬਰੀਡਰ ਤੁਸੀਂ ਦੇਖ ਸਕਦੇ ਹੋ ਤੇ ਬੱਚੇ ਬੱਚੇ ਆਏ ਬਾਈ ਇਹਦੇ ਹਾਂ ਜੀ ਹਾਂ ਠੀਕ ਕਿੱਦਾਂ ਦੇ ਆਉਂਦਾ ਵਿੱਚ ਡੱਬੇ ਕਾਲੇ ਡੱਬੇ ਡੱਬੇ ਵਿੱਚ ਦਿੰਦੇ ਲੈ ਬਾਈ ਹੋਰ ਦਿਖਾ ਜਾਨਵਰ ਲਓ ਜੀ ਬਾਈ ਦੇਖ ਸਕਦੇ ਹੋ ਤੁਸੀਂ ਬੱਕਰੀ ਬਾਈ ਇਹ ਕਿੰਨੇ ਦੰਦ ਆ ਇਹ ਪੂਰੇ ਆ ਜੀ ਪੂਰੇ ਦੰਦੀ ਆ ਹੁਣ ਗੱਬਣਾ ਬਾਈ ਗੱਬਣਾ ਕਿੰਨੇ ਟਾਈਮ ਦੀ ਆ ਇਹ ਹੈ ਜੀ 2.5 ਮਹੀਨੇ 2.5 ਮਹੀਨੇ ਦੀ ਗੱਬਣਾ ਬਾਈ ਪਹਿਲਾਂ ਕਿੰਨੀ ਵਾਰ ਬੱਚੇ ਦਿੱਤੇ ਨੇ ਕਿਹੜੀ ਹੋਈ ਹੈ ਇੱਕ ਵਾਰੀ ਸੂਈ ਆ ਹਾਂ ਕਿੰਨੇ ਬੱਚੇ ਦਿੱਤੇ ਬਾਈ ਦੋ ਬੱਚੇ ਦਿੱਤੇ ਠੀਕ ਹੈ ਬਾਈ ਜੀ ਦੁੱਧ ਕਿੰਨਾ ਦੇਈ ਜਾਂਦੇ ਬਾਈ ਦੁੱਧ ਵੀਰੇ 4 ਕਿਲੋ ਆ ਐਵੇਂ ਲੱਗਣਾ 5 ਆ 6 ਆ 7 ਆ ਠੀਕ ਹੈ ਜੀ 4 ਕਿਲੋ ਆ 4 ਕਿਲੋ ਦੁੱਧ ਆ ਜੀ ਸੇਲ ਤਾਂ ਨਹੀਂ ਹੈਗੀ ਬਾਈ ਜਾਨਵਰ ਸੇਲ ਵੀ ਕਰ ਦਾਂਗੇ ਸੇਲ ਵੀ ਕਰ ਦਾਂਗੇ ਬਾਈ ਜਾਨਵਰ ਤੁਸੀਂ ਦੇਖ ਸਕਦੇ ਹੋ ਕਿਲੋ ਪੈਂਦਾ ਬਾਈ ਉਹਨਾਂ ਦਾ ਲਿਆ ਬਾਈ ਜਾਨਵਰ ਹੋਰ ਦਿਖਾ ਇਹ ਬਾਈ ਮੁੰਡੇ ਹੁਣੇ ਦਾ ਭਰਾ ਹੈ ਜਣਾਉਂਦਾ ਇਹ ਕਿੰਨੇ ਦਾ ਹੁੰਦਾ ਬਾਈ ਇਹ ਵੀ ਪੂਰੇ ਆ ਜੀ ਪੂਰੇ ਦਾ ਹੁੰਦਾ ਇਹ ਸੂਈ ਹੈ ਬਾਈ ਹੁਣ ਹਾਂ ਜੀ ਸੂਈ ਆ ਕਿੰਨੇ ਬੱਚੇ ਨੇ ਮਰ ਦੋ ਬੱਚੇ ਆ ਠੀਕ ਹੈ ਲੋ ਵੀ ਬਾਈ ਉਹਨਾਂ ਦੇ ਜਾਨਵਰ ਤੁਸੀਂ ਦੇਖ ਸਕਦੇ ਹੋ ਲਿਆ ਬਾਈ ਹੋਰ ਠੀਕ ਹੈ ਜੀ ਇਹ ਕਿੰਨੇ ਦੰਦ ਆ ਬਾਈ ਇਹ ਵੀ ਪੂਰੇ ਆ ਜੀ ਇਹ ਵੀ ਪੂਰੇ ਦੰਦ ਆ ਇਹ ਕਿੰਨੀ ਵਾਰ ਬੱਚੇ ਦਿੱਤੇ ਆ ਬਾਈ ਇਹਨੇ ਦਿੱਤੇ ਤੀਜੀ ਵਾਰ ਦਿੱਤੇ ਹੁਣ ਸੂਈ ਹੈ ਬਾਈ ਹਾਂ ਜੀ ਸੂਈ ਕਿੰਨੇ ਬੱਚੇ ਆ ਤਿੰਨ ਪੱਠਾਂ ਦਿੱਤੀਆਂ
ਠੀਕ ਹੈ ਬਾਈ ਤੇ ਨੰਬਰ ਬੋਲ ਦੀ ਬਾਈ ਆਪਣਾ ਨੰਬਰ ਰੱਖ ਬਾਈ ਓਏ ਬੋਲਾ ਬੁੜਿਆ ਓਏ ਓ ਨੰਬਰ ਬੋਲ ਬੰਦੀ ਬੰਦ ਕਰ ਦੇ ਬਾਹਰ ਤੇ ਨੰਬਰ ਬੋਲ ਨੰਬਰ ਕਾ ਕਿਤੇ ਨਾਲ ਬੋਲ ਮੇਰਾ ਖਰਾਬ ਆ ਜਾ 97792 ਐ ਮੈਕ ਚ ਬੋਲ ਦੀ ਬਾਈ ਇੱਥੇ ਕੋਲੇ ਖੜ ਕੇ ਮੈਕ ਚ ਬੋਲ ਬਾਈ ਕੋਲੇ ਖੜ ਕੇ ਓਏ ਆ ਜਾ 97792 38731 ਠੀਕ ਹੈ ਜੀ ਲੋ ਵੀ ਬਾਈ ਉਹਨਾਂ ਦੇ ਜਾਨਵਰ ਆ ਤੁਸੀਂ ਦੇਖ ਸਕਦੇ ਹੋ ਬਾਈ ਜੇ ਜਾਨਵਰ ਖਰੀਦਣਾ ਹੋਊ ਤਾਂ ਬਾਈ ਉਹਨਾਂ ਨਾਲ ਫੋਨ ਤੇ ਕਾਲ ਕਰਕੇ ਤੁਸੀਂ ਜਾਨਵਰ ਖਰੀਦ ਸਕਦੇ ਹੋ ਧੰਨਵਾਦ ਜੀ ਹਾਂਜੀ ਬਾਈ ਜੀ ਆਪਾਂ ਦਿਖਾਉਣਾ ਤੁਹਾਨੂੰ ਹੋਰ ਵੀਰਾਂ ਦੀਆਂ ਬੱਕਰੀਆਂ ਕੀ ਹਾਲ ਆ ਬਾਈ ਜੀ ਠੀਕ ਠਾਕ ਹੋ ਕਿਹੜਾ ਪਿੰਡ ਆ ਬਾਈ ਆਪਣਾ ਆਪਣਾ ਖਮਾਣੋ ਸ਼ਹਿਰ ਆ ਵੀਰੇ ਖਮਾਣੋ ਸ਼ਹਿਰ ਤੋਂ ਹਾਂਜੀ ਤੇ ਬੱਕਰੀਆਂ ਬੁੱਕਰੀਆਂ ਫਿਰ ਘਰੇ ਹੀ ਰੱਖਦੇ ਹੋ ਬਾਈ ਨਾ ਵੀਰੇ ਚਾਰ ਜਾਂਦੇ ਬਾਹਰ ਠੀਕ ਆ ਬਾਈ ਅੱਜ ਜਾਨਵਰ ਲੈ ਆਓ ਮੇਲੇ ਤੇ ਹਾਂਜੀ ਜਾਨਵਰ ਦਿਖਾਓ ਬਾਈ ਫਿਰ ਆਪਣੇ ਤੁਸੀਂ ਆ ਦੇਖੋ ਜੀ ਬੱਚਾ ਬਰੀਡਰ ਦਿਖਾਇਆ ਵੀਰ ਉਹਨਾਂ ਨੇ ਕਿੰਨੇ ਦਾ ਹੁੰਦਾ ਬਾਈ ਇਹ ਖੀਰਾ ਹੀ ਹੈ ਜੀ ਬੱਚਾ ਖੀਰਾ ਬੱਚਾ ਕੱਦ ਕਿੰਨਾ ਕਹੂ ਬਾਈ ਇਹਦਾ ਕੱਦ ਇਹਦਾ ਹੋਊਗਾ ਜੀ 38 ਦੇ ਗੇੜ ਚ ਹੈਗਾ 38 ਦੇ ਗੇੜ ਚ ਹੈਗਾ ਠੀਕ ਆ ਬਾਈ ਮਾਂ ਦਾ ਰਿਕਾਰਡ ਕੀ ਆ ਬਾਈ ਇਹਦਾ ਇਹਦੀ ਮਾਂ ਥੱਲੇ 4 ਲੀਟਰ ਦੁੱਧ ਆ ਵੀਰੇ ਠੀਕ ਆ ਬਾਈ ਪਿਓ ਦਾ ਰਿਕਾਰਡ ਕਿੰਨੇ ਇੰਚ ਸੀ ਪਿਓ ਦਾ ਪਿਓ ਦਾ 44 ਦਾ ਵੀਰੇ ਪਿਓ 44 ਇੰਚ ਸੀ ਹੋਰ ਬੱਕਰੀਆਂ ਦਿਖਾਓ ਵੀਰ ਸਾਨੂੰ ਵੀਰ ਉਹਨਾਂ ਕੋਲ ਬਹੁਤ ਸੋਹਣੀਆਂ ਸੋਹਣੀਆਂ ਬੱਕਰੀਆਂ ਨੇ ਆ ਗਈ ਲੋਹੇ ਕਲੇ ਚ ਕਿੰਨੇ ਦੰਦ ਆ ਬਾਈ ਇਹ ਵੀਰੇ ਪੂਰੇ ਦੰਦ ਹੋ ਗਏ ਇਹ ਪੂਰੇ ਦੰਦ ਹੋ ਗਏ ਕੀ ਰਿਕਾਰਡ ਕੀ ਹੈ ਦੁੱਧ ਆ ਬਾਈ ਇਹ ਵੀਰੇ 3 ਲੀਟਰ ਦਾ ਠੀਕ ਆ ਬਈ 38-39 ਇੰਚ ਹਾਈਟ ਹੋ ਗਈ ਇਹਨਾਂ ਨਾਲ ਹੋਰ ਵੀ ਬੱਕਰੀ ਆਪਣੀ ਬਟਾਲੇ ਚੈਂਪੀਅਨ ਹਿੰਪੀ ਖੀਰਿਆਂ ਦੇ ਦੂਜੇ ਨੰਬਰ ਤੇ ਆ ਦੂਜੇ ਤੇ ਜੀ ਚੈਂਪੀਅਨਸ਼ਿਪ ਚ ਬਟਾਲਾ ਹਾਂਜੀ ਹਾਂਜੀ ਠੀਕ ਆ ਬਈ ਦੂਏ ਨੰਬਰ ਦੂਜੇ ਨੰਬਰ ਦਾ ਖੀਰੀਆਂ ਫੀਮੇਲਾਂ ਚ ਸਨੱਖ ਪੁਣੇ ਚਾਹੀਦੀ ਬਾਈ ਹਾਂਜੀ ਹਾਂਜੀ ਠੀਕ ਆ ਬਈ ਠੀਕ ਆ ਅੱਖ ਨੂੰ ਪ੍ਰੋਬਲਮ ਆ ਬਈ ਇਹਨੂੰ ਕੋਈ ਬੱਕਰੀਆਂ ਠੀਕ ਆ ਘਰ ਵਾਲੀ ਫੜੀ ਅੱਛਾ ਫੀਮੇਲ ਦੇ ਸਕਦੇ ਕੁਆਲਿਟੀ ਸੀ ਕੰਨਾਂ ਦੀ ਲੈਂਥ ਬਹੁਤ ਸੋਹਣੀ ਫੀਮੇਲ ਆ ਤੇ ਇੱਕ ਵੀਰ ਹੋਰ ਲਿਆ ਕਿੰਨੀ ਦੰਦ ਆ ਬਈ ਇਹ ਵੀਰ ਵੀਰੇ ਪੂਰੀ ਦੰਦੀ ਹੋ ਗਈ ਇਹ ਪੂਰੇ ਦੰਦ ਹੋ ਗਏ ਕਿੰਨੇਵੇਂ ਸੂਏ ਆ ਬਾਈ ਇਹ ਵੀਰੇ ਤੀਜੇ ਸੂਏ ਆ ਜੀ ਕਿੰਨਾ ਕ ਦੁੱਧ ਦਿੰਦੀ ਆ ਬਾਈ ਇਹ ਵੀਰੇ 4 ਲੀਟਰ ਦੇ ਦਿੰਦੀ ਠੀਕ ਆ ਬਾਈ ਫਿਰ ਬਾਈ ਘਰੇ ਵੀ ਨਾਲ ਪਾਉਨੇ ਕੁਛ ਤੁਸੀਂ ਜਾਂ ਫਿਰ ਬਾਹਰ ਵੀ ਵੀਰੇ ਚੁਗਦੇ ਆ ਘਰੇ ਵੀ ਪਾਈ ਦੇ ਦਾਣਾ ਘਰੇ ਵੀ ਪਾਉਨੇ ਠੀਕ ਆ ਬਾਈ ਹੋਰ ਬੜਾ ਬੱਕਰਾ ਨਹੀਂ ਹੈਗਾ ਬਾਈ ਕੋਈ ਆਪਣੇ ਕੋਲ ਉਹ ਦੋ ਬੱਕਰੇ ਉਹ ਵੀ ਦਿਖਾਓ ਯਾਰ ਤੁਹਾਨੂੰ ਲਓ ਵੀ ਬਾਈ ਉਹਨਾਂ ਦਾ ਬਰੀਡਰ ਦਿਖਾਉਨੇ ਆ ਤੁਹਾਨੂੰ ਬਰੀਡਰ ਬਹੁਤ ਚੰਗੀ ਕੁਆਲਿਟੀ ਦਾ ਕਿੱਥੇ ਬਾਈ ਬਟਾਲੇ ਤੀਜੇ ਨੰਬਰ ਤੇ ਆਏ ਸੀ ਬਾਈ ਇਹ ਵੀ ਖੀਰਿਆਂ ਦੇ ਵਿੱਚੋਂ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਲੈਂਥ ਹਾਈਟ ਤੁਹਾਡੇ ਸਾਹਮਣੇ ਆ ਬਹੁਤ ਸੋਹਣਾ ਬੱਚਾ ਬਾਈ ਤੇ ਇਹਦੇ ਪਿਓ ਦਾ ਰਿਕਾਰਡ ਪਤਾ ਕੁਛ ਮਾੜਾ ਮੋਟਾ ਬਾਈ ਹਾਂ ਜੀ ਇਹਦੇ ਪਿਓ ਦਾ ਰਿਕਾਰਡ 47 ਹਾਈਟ ਤੀ ਹੈ ਠੀਕ ਆ ਬਾਈ ਠੀਕ ਆ ਮਾਂ ਦਾ ਰਿਕਾਰਡ ਕੀ ਸੀ ਕਿੰਨਾ ਦੁੱਧ ਦਿੰਦੀ 5 ਲੀਟਰ ਦਾ ਜੀ ਠੀਕ ਆ ਉਹ ਵੀ ਚੈਂਪੀਅਨ ਰਹਿੰਦੀ ਰਹੀ ਆ ਬੱਚੀ ਬਹੁਤ ਸੋਹਣਾ ਬੱਚਾ ਬਾਈ ਤੁਹਾਡਾ ਤੇ ਬਾਈ ਹੁਣੀ ਆ ਫੀਮੇਲ ਲੈ ਕੇ ਆਇਆ ਇੱਕ ਹੋਰ ਇਹ ਵੀ ਦੇਖਣਾ ਵੀਰੇ 4 ਦੰਦ ਫੀਮੇਲ ਆ 37-38 ਇੰਚ ਹਾਈਟ ਹੈ ਇਹਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਈ ਸੂਈ ਹੋਈ ਆ ਹੁਣ ਹਾਂ ਵੀਰੇ ਦੋ ਬੱਚੇ ਨੇ ਮਾਂ ਦੋ ਬੱਚੇ ਨੇ ਦੁੱਧ ਕਿੰਨਾ ਕੱਢੀ ਜਾਂਦੀ ਹੈ ਬਾਈ 3 ਲੀਟਰ ਦਈ ਜਾਂਦੀ ਹੈ ਠੀਕ ਆ ਬਾਈ ਠੀਕ ਆ ਬਾਈ ਹੁਣੀ ਇੱਕ ਹੋਰ ਫੀਮੇਲ ਲੈ ਕੇ ਆਏ ਨੇ ਦੇਖੋ ਵੀ ਲੋਹੀ ਪੱਠ ਦੇ ਕਿੱਥੋਂ ਬਾਈ ਕਿੱਥੋਂ ਬਟਾਲੇ ਤੋਂ ਖੀਰਿਆਂ ਦੇ ਵਿੱਚੋਂ ਹਾਰਡ ਪੋਜੀਸ਼ਨ ਸੀਗੀ ਇਹਦੀ ਸਨੱਖ ਪੁਣੇ ਦੇ ਵਿੱਚ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਕਿੰਨੇਵੇਂ ਸੂਏ ਆ ਬਾਈ ਇਹ ਦੂਜੇ ਸੂਏ ਕਿੰਨੇ ਦੰਦ ਹੋ ਗਈ ਬਾਈ ਇਹ ਦੰਦ ਪੂਰੇ ਹੋ ਗਏ ਠੀਕ ਆ ਬਾਈ ਆਹ ਪੱਠ ਸੂਏ ਜੀ 4 ਦੰਦ ਆ 4 ਦੰਦ ਫੀਮੇਲ ਆ ਹਾਂਜੀ ਇੱਕ ਲੋਹੇ ਕਲਰ ਦੇ ਵਿੱਚ ਇੱਕ ਬੱਚਾ ਬਾਈ ਇੱਕ ਬੱਚਾ ਮਗਰੀ ਠੀਕ ਆ ਬਾਈ ਦੁੱਧ ਕਿੰਨਾ ਕਿ ਦੇ ਦਿੰਦੀ 3 ਲੀਟਰ ਦੁੱਧ ਦੇ ਦਿੰਦੀ ਬਹੁਤ ਸੋਹਣੇ ਆ ਬਾਈ ਉਹਨਾਂ ਕੋਲ ਜਾਨਵਰ ਤੇ ਹੋਰ ਦਿਖਾਇਓ ਬਾਈ ਜਾਨਵਰ ਇੱਕ ਅੱਧਾ ਇੱਕ ਆ ਕਾਲਾ ਬਰੀਡਰ ਕਿਹੜੇ ਬਰੀਡਰ ਦਾ ਬਾਈ ਇਹ ਉਹ ਨਾਗਰੇ ਕਲਰ ਵਾਲੇ ਬਰੀਡਰ ਦਾ ਬੱਚਾ ਬਾਈ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਆ ਫੀਮੇਲ ਲੈ ਗਿਆ ਕਿੰਨੇ ਦੰਦ ਹੋ ਗਈ ਬਾਈ ਇਹ ਆਪਣੀ ਵੀਰੇ ਨਸਲ ਚ 5ਵੇਂ ਨੰਬਰ ਤੇ ਆਈ ਸੀ ਵਾਰ ਠੀਕ ਆ ਬਾਈ ਬਟਾਲੇ ਤੋਂ ਬਾਈ ਬਾਈ ਹੁਣਾਂ ਕੋਲ ਸਾਰੇ ਹੀ ਚੈਂਪੀਅਨਸ਼ਿਪ ਜਾਨਵਰ ਨੇ ਬਾਈ ਹੁਣਾਂ ਦੇ ਲਗਭਗ ਸਾਰੇ ਹੀ ਕੰਪੀਟੀਸ਼ਨਾਂ ਵਿੱਚ ਪਾਉਂਦੇ ਨੇ ਬਾਈ ਹੁਣੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇੱਕ ਆ ਦੇਖੋ ਵੀਰ ਉਹਨਾਂ ਕੋਲ ਹਾਂਜੀ ਵੀਰ ਪੂਰੇ ਦੰਦੀ ਬੱਕਰੀ ਹੈ ਕਿੰਨੇਵੇਂ ਸੂਏ ਬਾਈ ਇਹ ਵੀਰੇ ਤੀਜੇ ਸੂਏ ਫੀਮੇਲ ਆ ਬਾਈ 4 ਲੀਟਰ ਦੁੱਧ ਆ ਹੁਣ ਦੋ ਬੱਚੇ ਆ ਇਹਦੇ ਨਾਲ ਹੁਣ ਦੋ ਬੱਚੇ ਠੀਕ ਆ ਬਾਈ ਤੇ ਬਾਈ ਵੇਚ ਵੀ ਦਿੰਦੇ ਹੋ ਤੁਸੀਂ ਹਾਂਜੀ ਵੇਚ ਵੀ ਦਿੰਦੇ ਜੀ ਠੀਕ ਆ ਬਾਈ ਆਪਣਾ ਨੰਬਰ ਜ਼ਰੂਰ ਦਿਓ ਯਾਰ ਬੋਲੋ ਬਾਈ 9015537486 ਦੁਬਾਰਾ ਫੇਰ ਬੋਲਦੀ ਵੀਰੇ ਇੱਕ ਵਾਰੀ 9015537486 ਆ ਫੀਮੇਲ ਇਹ ਬਾਈ ਫਰੈਸ਼ ਫੀਮੇਲ ਆ ਦੁੱਗੀ ਆ ਵੀਰੇ ਫਰੈਸ਼ ਆ ਬਾਈ ਗੱਬੜ ਨਹੀਂ ਹੈਗੇ ਇਹਦੇ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਦੋ ਦੰਦ ਫਰੈਸ਼ ਫੀਮੇਲ 37-38 ਇੰਚ ਹਾਈਟ ਹੋਊਗੀ ਜੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਕੰਨਾਂ ਦੀ ਲੈਂਥ ਅਖੀਰੀ ਪੱਠ ਹੈ ਜੀ ਇੱਕ ਫਰੈਸ਼ ਫੀਮੇਲ ਹੋਰ ਖੀਰੀ ਫੀਮੇਲ ਆ ਖੀਰੀ ਇਹਦਾ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਈ ਜੇ ਕਿਸੇ ਮੇਰੇ ਵੀਰ ਨੇ ਜਾਨਵਰ ਲੈਣੇ ਹੋਣ
ਬਾਈ ਉਹਨਾਂ ਦਾ ਕਨੈਕਟ ਨੰਬਰ ਤੁਹਾਨੂੰ ਦੇ ਦਿਆਂਗੇ ਤੇ ਬਾਈ ਉਹਨਾਂ ਤੋਂ ਪਰਚੇਸ ਕਰ ਸਕਦੇ। ਕੀ ਰਿਕਾਰਡ ਆ ਬਾਈ ਇਹਦੇ ਡਿਟੇਲ ਕੀ ਹੈ ਦੀ? ਵੀਰੇ 4 ਕਿਲੋ ਦੁੱਧ ਆ ਗਿਆ। ਠੀਕ ਹੈ ਵੀ ਕਿੰਨੇ ਦੰਦ ਹੈ ਬਾਈ? 8 ਹੋ ਗਏ ਵੀਰੇ। ਕਿੰਨੇ ਦੰਦ ਹੋ ਗਏ? 8 ਹੋ ਗਏ ਵੀਰੇ। 8 ਦੰਦ ਹੋ ਗਏ ਤੀਜੇ ਸੂਏ ਦੀ ਕਮਾਦਾ। ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਈ। ਜਾਨਵਰ ਬਾਈ ਉਹਨਾਂ ਕੋਲ ਸਾਰੇ ਹੀ ਸੋਹਣੇ ਨੇ ਤੇ ਬਾਈ ਉਹਨਾਂ ਦਾ ਨੰਬਰ ਤੁਹਾਨੂੰ ਦੇ ਦਿਆਂਗੇ ਤੇ ਬਾਈ ਉਹਨਾਂ ਨਾਲ ਵੀਰੇ 6 ਦੰਦ ਦਾ ਕਨੈਕਟ ਕਰਕੇ ਗੱਲ ਕਰ ਸਕਦੇ। ਆ ਕੀ ਡਿਟੇਲ ਆ ਬਾਈ ਇਹਦੀ? ਇਹ ਵੀਰੇ 6 ਦੰਦ ਦਾ ਫਲੂਣ ਸੂਈ ਆ। 6 ਦੰਦ ਫਲੂਣ ਸੂਈ ਆ ਫੀਮੇਲ ਦੁੱਧ ਆ ਵੀਰੇ। 4 ਲੀਟਰ ਦੁੱਧ ਇੱਕ ਬੱਚਾ ਹੀ ਮੈਨੂੰ। ਠੀਕ ਆ ਚਲੋ ਠੀਕ ਆ ਬਾਈ ਓਕੇ ਧੰਨਵਾਦ ਜੀ।